ਅਸਲਾਮੁਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਦੋਸਤ ਅਬਦਲ ਵਾਹਿਦ ਦੋਸਤੋ ਅਗਰ ਤੁਸੀਂ ਅੱਛੀ ਜ਼ਮੀਨ ਕਮ ਕੀਮਤ ਤੇ ਖਾਸ ਲੋਕੇਸ਼ਨ ਵਾਲੀ ਜ਼ਮੀਨ ਲੈਣਾ ਚਾਹੁੰਦੇ ਹੋ ਨਾ ਤੇ ਜਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਨਾਲ رابطہ ਕਰੋ ਕਿਉਂਕਿ ਆਪਾਂ ਸਿਰਫ ਤੁਹਾਡੇ ਦੋਸਤਾਂ ਵਾਸਤੇ ਮਿਹਨਤ ਕਰਦੇ ਪਏ ਆ ਐਸੇ ਰਕਬੇ ਆਪਾਂ ਤਲਾਸ਼ ਕਰਨੇ ਆ ਜਨਦ ਵਿੱਚ ਆਪਣੀ ਮੁਕੰਮਲ ਗਰੰਟੀ ਹੋਵੇ ਤਕਬੇ ਦੇ तमाम ਕਾਗਜ਼ਾਤ ਕਲੀਅਰ ਹੋਣ ਕੰਪਿਊਟਰਾਈਜ਼ ਰਿਕਾਰਡ ਹੋਵੇ ਤੇ ਸਭ ਤੋਂ ਵੱਡੀ ਗੱਲ ਕਿ ਆਸ-ਪਾਸ ਕੋਈ ਮਸਲਾ ਯਾਨੀ ਕਿ ਕੋਈ ਲੜਾਈ ਝਗੜਾ ਕਿ ਰੋਲਾ ਨਾ ਹੋਵੇ ਤੁਸੀਂ ਦੋਸਤਾਂ ਨੇ ਕਿਸੇ ਦੇ ਗਲਤ ਕਹਿਣੇ ਤੇ ਤੇ ਕਿਸੇ ਦੇ ਗਲਤ ਕਮੈਂਟ ਤੇ ਯਕੀਨ ਨਹੀਂ ਕਰਨਾ ਕਾ ਸਿਰਫ ਤੁਸੀਂ ਬੇਫਿਕਰ ਹੋ ਕੇ ਆਪਣੇ ਨਾਲ رابطہ ਕਰਨਾ ਹੈ ਤੇ ਦੋਸਤਾਂ ਨੂੰ ਮਿਲੇਗੀ ਆਪਣੇ ਕੋਲੂ ਕਿ ਐਸੀ ਜ਼ਮੀਨ ਜਿਹੜੀ ਦੋਸਤਾਂ ਨੂੰ ਕਾਫੀ ਦੇਰ ਦੀ ਲੱਭਦੀ ਨਹੀਂ ਪਈ ਸੀ ਦੋਸਤਾਂ ਨੂੰ ਮਿਲੇਗੀ ਉਹ ਆਪਣੇ ਕੋਲੂ ਇਹ ਬਿਜਲੀ ਚੈੱਕ ਕਰ ਲੋ ਬਿਜਲੀ ਇੱਥੇ ਬੇਸ਼ੁਮਾਰ ਮੌਕੇ ਤੇ ਮੌਜੂਦ ਹੈਗੀ ਜੀ ਇਹ ਰਸਤਾ ਆਪਾਂ ਦੋਸਤਾਂ ਨੂੰ ਦਿਖਾ ਰਹੇ ਆ ਸਰਕਾਰੀ ਇਹ बार-बार ਦਿਖਾ ਰਹੇ ਆ ਦੁਬਾਰਾ ਦੋਸਤਾਂ ਨੂੰ ਆਪਾਂ ਫਿਰ ਦਿਖਾ ਦਵਾਂਗੇ ਔਰ ਸਾਹਮਣੇ ਵੇਖੋ ਜਿੱਥੇ ਗੱਡੀ ਖੜੀ ਹੈ ਉੱਥੇ ਹੈਗਾ ਲਿੰਕ ਰੋਡ ਯਾਨੀ ਕਿ ਪੱਕਾ ਰਸਤਾ ਤੇ ਇੱਥੇ ਵੇਖੋ ਆਪਣੀ ਜ਼ਮੀਨ ਸ਼ੁਰੂ ਹੋ ਗਈ ਜੀ ਇਹ ਪਰਾਵਾਂ ਦੇ ਸਾਹਮਣੇ ਦੋਸਤੋ ਫਰੰਟ ਤੇ ਪਲਾਟ ਦੀ ਕਟਿੰਗ ਹੋਈ ਪਈ ਹੈ ਤੁਸੀਂ ਆਪਣੇ ਕੋਲੋਂ ਇੰਤਖਾਈ ਸਸਤਾ ਇਹ ਰਕਬਾ ਲੈ ਕੇ ਨਾ ਤੇ ਫਰੰਟ ਤੇ ਆਪਣਾ ਕੋਈ ਵੀ ਨਿਜ਼ਾਮ ਆਪਣਾ ਕੋਈ ਵੀ ਕਾਰੋਬਾਰ ਚਲਾ ਸਕਦੇ ਜੀ ਮੁਕੰਮਲ ਗਾਰੰਟੀ ਨਾਲ ਇੱਕ ਐਸਾ ਮਾਹੌਲ ਹੈ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹ ਮਾਹੌਲ ਬੜਾ ਪਸੰਦ ਆਵੇਗਾ ਵੇਖੋ ਸਾਹਮਣੇ ਮੈਂ ਇਹ ਛੋਟੀ ਵੀਡੀਓ ਦਿਖਾ ਰਿਹਾ ਹਾਂ ਨਾ ਮੈਂ ਇਹ ਬਾਰ-ਬਾਰ ਬਿਜਲੀ ਲਿੰਕ ਰੋਡ ਦੀ ਸਹੂਲਤ ਆਸ-ਪਾਸ ਕਾਲਜ ਹੈ ਨੇ ਸਕੂਲ ਹੈ ਨੇ ਮختلف ਕਿਸਮ ਦੀਆਂ ਦੁਕਾਨਾਂ ਹੈਗੀਆਂ ਨੇ ਮਾਰਕੀਟਾਂ ਮੌਜੂਦ ਨੇ ਸਕੂਲ ਕਾਲਜ ਹਸਪੀਟਲ ਮਾਰਕੀਟਾਂ ਹਰ ਕਿਸਮ ਦੀਆਂ ਦੁਕਾਨਾਂ ਮੌਕੇ ਤੇ ਮੌਜੂਦ ਨੇ ਆਪਣੇ ਕੋਲੇ ਅੱਜ ਕਾਮ ਕੀਮਤ ਵਿੱਚ ਬਹੁਤ ਖਾਸ ਮੌਕਾ ਜੀ ਇੱਕ ਐਸੀ ਜ਼ਮੀਨ ਹੈ ਤੁਸੀਂ ਇਹਨੂੰ ਕਿਸੇ ਵੀ ਕਿਸੇ ਵੀ ਲਿਹਾਜ਼ ਨਾਲ ਇਸਤੇਮਾਲ ਕਰ ਸਕਦੇ ਜੀ ਦੋਸਤੋ ਕਿਸੇ ਵੀ ਜ਼ਮੀਨ ਵਿੱਚ ਸਭ ਤੋਂ ਖਾਸ ਗੱਲ ਹੁੰਦੀ ਹੈ ਜ਼ਮੀਨ ਦੀ ਲੋਕੇਸ਼ਨ ਯਾਨੀ ਕਿ ਜ਼ਮੀਨ ਦਾ ਰਸਤਾ ਕਿ ਜ਼ਮੀਨ ਕਿਹੜੀ ਜਗ੍ਹਾ ਤੇ ਪਈ ਹੋਈ ਹੈ ਹੁਣ ਦੋਸਤੋ ਹੁਣ ਮੈਂ ਦੱਸਣ ਲੱਗਿਆ ਜ਼ਮੀਨ ਦੀ ਲੋਕੇਸ਼ਨ ਐ ਜ਼ਮੀਨ ਦਾ ਰਸਤਾ ਤੁਸੀਂ ਸੁਣਨਾ ਧਿਆਨ ਨਾਲ ਕਿਉਂਕਿ ਇਹਦੀ ਲੋਕੇਸ਼ਨ ਇੰਤਖਾਈ ਸ਼ਾਨਦਾਰ ਹੈ ਦੋਸਤੋ ਇਹ ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਏ ਚਕਵਾਲ ਸੁਆਵਾ ਮੇਨ ਰੋਡ ਤੋਂ ਸਿਰਫ ਤੁਸੀਂ 1000 ਫੁੱਟ ਸਫਰ ਅੰਦਰ ਕਰਨਾ ਜੀ ਆਪਣੀ ਗੱਲ ਨੋਟ ਕਰ ਲਓ ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਹੈ ਜ਼ਿਲ੍ਹਾ ਵੀ ਚਕਵਾਲ ਤਹਿਸੀਲ ਵੀ ਚਕਵਾਲ ਚਕਵਾਲ ਸੁਆਵਾ ਮੈਨ ਰੋੜ ਤੂੰ ਸਿਰਫ ਦੋਸਤਾਂ ਨੇ 1000 ਫੁੱਟ ਮੈਂ ਗੱਲ ਕਰਦਾ ਪਿਆ 1000 ਫੁੱਟ ਸਿਰਫ ਦੋਸਤਾਂ ਨੇ 1000 ਫੁੱਟ ਸਫਰ ਅੰਦਰ ਕਰਨਾ ਹੈ ਯਾਨੀ ਕਿ ਆਪਣੀ ਇਹ ਇਹ ਤਕਰੀਬਨ 18 ਏਕੜ ਤੇ 6 ਕਨਾਲ ਉਪਰ ਯਾਨੀ ਕਿ 150 ਕਨਾਲ ਕਿਉਂਕਿ ਚਕਵਾਲ ਵਾਲੀ ਸਾਈਡ ਤੇ ਗਿਣਤੀ ਹੁੰਦੀ ਕਨਾਲ ਦੀ ਇਸ حساب ਨਾਲ ਆਪਣੇ ਕੋਲੇ 150 ਕਨਾਲ ਯਾਨੀ ਕਿ 18 ਏਕੜ 6 ਕਨਾਲ ਉਪਰ ਇਹ ਜ਼ਮੀਨ ਤੱਕ ਮੁਕੰਮਲ ਸਫ਼ਰ ਹੈਗਾ 1000 ਫੁੱਟ ਦਾ ਮੈਂ ਚਕਵਾਲ ਤੋਂ ਸੁਵਾਵਾ ਰੋਡ ਤੋਂ ਆਪਣੀ ਜ਼ਮੀਨ ਤੱਕ ਮੁਕੰਮਲ ਸਫ਼ਰ ਹੈ 1000 ਫੁੱਟ ਦਾ ਯਾਨੀ ਕਿ ਮੇਨ ਰੋਡ ਤੋਂ ਆਪਾਂ ਟੋਟਲ 1000 ਫੁੱਟ ਸਫ਼ਰ ਅੰਦਰ ਕਰਨਾ ਹੈ ਇੱਥੇ ਆਪਾਂ ਨੂੰ ਮਿਲੇਗੀ ਜ਼ਮੀਨ ਤੇ ਜਿਵੇਂ ਕਿ ਦੋਸਤਾਂ ਨੂੰ ਮੈਂ ਸ਼ੁਰੂ ਤੋਂ ਦਿਖਾ ਚੁੱਕਿਆ ਹਾਂ ਪੱਕਾ ਰਸਤਾ ਲਿੰਕ ਰੋਡ ਉਹ ਲਿੰਕ ਰੋਡ ਮੋਕੇ ਤੱਕ ਆ ਰਿਹਾ ਬਲਕਿ ਦੋਵਾਂ ਸਿਰਾਂ ਤੋਂ ਆ ਰਿਹਾ ਜੀ ਆਪਣੀ ਜ਼ਮੀਨ ਨੂੰ ਦੋ ਰਸਤੇ ਲੱਗਦੇ ਪੈਨੇ ਸਰਕਾਰੀ ਮੋਕੇ ਤੱਕ ਤੇ ਸ਼ੁਰੂ ਤੋਂ ਮੈਂ ਦੋਸਤਾਂ ਨੂੰ ਦਿਖਾਇਆ ਸੀ ਨਾ ਪੱਕਾ ਰਸਤਾ ਜਿੱਥੇ ਆਪਣੀ ਗੱਡੀ ਖੜੀ ਸੀ ਹੈ ਉਥੋਂ 100 ਫੁੱਟ ਫਾਸਲੇ ਤੇ ਆਪਣੀ ਜ਼ਮੀਨ ਹੈਗੀ ਜੀ ਟੋਟਲ 100 ਫੁੱਟ ਫਾਸਲਾ ਪੱਕੇ ਰਸਤੇ ਤੋਂ 100 ਫੁੱਟ ਫਾਸਲੇ ਤੇ ਆਪਣੀ ਜ਼ਮੀਨ ਨੇ ਮੌਕੇ ਤੱਕ ਦੋਸਤਾਂ ਨੂੰ ਮਿਲੇਗਾ ਰਸਤਾ ਸਰਕਾਰੀ ਤੇ ਚੌੜਾ ਰਸਤਾ ਤੁਹਾਡੀ ਹਰ ਇੱਕ ਚੀਜ਼ ਮੌਕੇ ਤੇ ਆ ਸਕਦੀ ਜੇ ਤੇ ਆਪਣੀ ਜ਼ਮੀਨ ਦੇ ਵਿੱਚੋਂ ਹੀ ਦੋਸਤੋ ਆਪਣੀ ਜ਼ਮੀਨ ਦੇ ਵਿੱਚੋਂ ਹੀ ਫਰੰਟ ਤੇ ਪਲਾਟ ਕਟਿੰਗ ਹੋ ਚੁੱਕੀ ਹੈ ਤੁਸੀਂ ਉੱਥੇ ਪਲਾਟ ਕੱਟ ਸਕਦੇ ਜੀ ਮੌਕੇ ਤੇ ਕੀਮਤ ਚੱਲਦੀ ਪਈ ਹੈ 1 ਲੱਖ ਰੁਪਇਆ ਫੀ ਮਰਲਾ ਜਿੰਦੇ ਵਿੱਚ ਆਪਣੀ ਮੁਕੰਮਲ ਗਾਰੰਟੀ ਹੋਵੇਗੀ ਦੋਸਤੋ ਮੈਂ ਆਪਣੀ ਜ਼ਮੀਨ ਦੀ ਗੱਲ ਕੀਤੀ ਹੈ ਨਾ ਜਿਹੜੀ ਆਪਣੀ ਜ਼ਮੀਨ ਪਈ ਹੈ ਨਾ ਫਰੰਟ ਤੇ ਹੈ ਉੱਥੇ 1000 ਫੁੱਟ ਮਰਲੇ ਦੇ ਸਾਹਮਣੇ ਆਪਣੇ ਪਲਾਟ ਸੇਲ ਹੁੰਦੇ ਪਏ ਨੇ ਆਪਣੀ ਜ਼ਮੀਨ ਦੇ ਵਿੱਚੋਂ ਯਾਨੀ ਕਿ ਤੁਸੀਂ ਫਰੰਟ ਤੇ ਦੁਕਾਨਾ ਮਾਰਕੀਟ ਜਾਂ ਫਿਰ ਪਲਾਟ ਕਟਿੰਗ ਕੋਈ ਵੀ ਕੰਮ ਚਲਾ ਸਕਦੇ ਜੇ ਲੇਕਿਨ ਫਿਲਹਾਲ ਮਾਲਕ ਨੇ ਮੌਕੇ ਤੇ ਪਲਾਟ ਦੀ ਕਟਿੰਗ ਕੀਤੀ ਹੈ ਤੇ 1 ਲੱਖ ਰੁਪਇਆ فی ਮਰਲਾ پلاਟ ਸੇਲ ਹੁੰਦੇ ਪਹਿਲੇ ਜਿੰਦੇ ਵਿੱਚ ਮੁਕੰਮਲ ਗਰੰਟੀ ਹੈ ਕਿਸੇ ਦੀ ਗਲਤ ਕਿਸੇ ਦੀ ਗਲਤ ਕਮੈਂਟ ਤੇ ਇਤਬਾਰ ਨਹੀਂ ਕਰਨਾ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਆਪਣੇ ਨਾਲ رابطہ ਕਰਨਾ ਤੁਸੀਂ ਮੌਕੇ ਤੇ ਆਣਾ ਆਪਾਂ ਦੋਸਤਾਂ ਨੂੰ ਦੱਸਾਂਗੇ ਹਕੀਕਤ ਜਿਹੜੀ ਆਪਾਂ ਦੋਸਤਾਂ ਨੂੰ ਬਿਆਨ ਕੀਤੀ ਜਾਂਨੇ ਆ ਆਪਣੇ ਨੰਬਰ ਓਨ ਹੁੰਦੇ ਨੇ ਗਲਤੀ ਬਿਆਨੀ ਵਿੱਚ ਵਟਸਐਪ ਬੰਦ ਹੁੰਦੀ ਹੈ ਤੇ ਨੰਬਰ ਪਾਵਰ ਆਫ ਹੁੰਦੇ ਨੇ ਸਭ ਤੋਂ ਵੱਡਾ ਸਬੂਤ ਪਰਾਵਾਂ ਦੇ ਸਾਹਮਣੇ ਤੁਸੀਂ ਆਪਣੇ رابطہ ਕਰਨਾ ਹੈ ਮੌਕੇ ਤੇ ਆਣਾ ਹੈ ਤੇ ਜ਼ਮੀਨ ਦੇਖਣੀ ਹੈ ਤੇ ਆਪਾਂ ਤੁਹਾਨੂੰ ਦਿਆਂਗੇ ਮੁਕੰਮਲ ਸਬੂਤ ਫਰੰਟ ਤੇ 1 ਲੱਖ ਰੁਪਏ ਦਾ ਫੀ ਮਰਲਾ ਪਲਾਟ ਸੇਲ ਹੁੰਦਾ ਹੈ ਪਰ ਜਿਹੜੀ ਆਪਣੀ ਜ਼ਮੀਨ ਹੈ ਆਪਣੀ ਜ਼ਮੀਨ ਦੇ ਵਿੱਚੋਂ ਅੱਛੀ ਮਿੱਟੀ ਵਾਲੀ ਜ਼ਰਖੈ ਜ਼ਮੀਨ ਹੈ ਨਾ ਕੋਈ ਰੇਤ ਨਾ ਕੋਈ ਕੰਕਰ ਬਿਲਕੁਲ ਖਾਲਸ ਮਿੱਟੀ ਵਾਲੀ ਇਹ ਜ਼ਰਖੈ ਜ਼ਮੀਨ ਹੈ ਪਰਾਂਵਾਂ ਦੇ ਸਾਹਮਣੇ ਇਸ ਜ਼ਮੀਨ ਆਬਾਦ ਤੇ ਗੈਰ ਆਬਾਦ ਮਿਕਸ ਹੈ ਲੇਕਿਨ ਇੰਦੇ ਵਿੱਚ ਜ਼ਿਆਦਾ ਜ਼ਮੀਨ ਆਬਾਦ ਏ ਥੋੜੀ ਗੈਰ ਆਬਾਦ ਏ ਲੇਕਿਨ ਮੁਕੰਮਲ ਦੀ ਮੁਕੰਮਲ ਜ਼ਮੀਨ ਅੱਛੀ ਮਿੱਟੀ ਵਾਲੀ ਜ਼ਮੀਨ ਜੀ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹ ਜ਼ਮੀਨ ਦੀ ਮਿੱਟੀ ਪਸੰਦ ਆਵੇਗੀ ਤੁਸੀਂ ਫਰੰਟ ਤੇ ਆਪਣਾ ਕੋਈ ਨਿਜ਼ਾਮ ਆਪਣਾ ਕੋਈ ਕਾਰੋਬਾਰ ਪਲਾਟਿੰਗ ਦੀ ਕਟਿੰਗ ਕੋਈ ਮਾਰਕੀਟ ਕੋਈ ਫੈਕਟਰੀ ਕੋਈ ਵੀ ਨਿਜ਼ਾਮ ਫਾਰਮ ਹਾਊਸ ਡੈਰੀ ਫਾਰਮਿੰਗ ਪੋਲਟਰੀ ਫਾਰਮਿੰਗ ਤੇ ਬੈਕ ਸਾਈਡ ਤੇ ਤੁਸੀਂ ਆਪਣਾ ਜ਼ਰਾਇਤ ਦਾ ਕੰਮ ਕਰ ਸਕਦੇ ਜੀ ਆਪਣੀ ਇਸੇ ਫਸਲ ਉਗਾ ਸਕਦੇ ਜੀ نیچے ਦੋਸਤਾਂ ਨੂੰ 80 ਫੁੱਟ ਤੇ ਸ਼ਰਤੀਆ ਬੇਸ਼ੁਮਾਰ ਪਾਣੀ ਮਿਲੇਗਾ 80 ਫੁੱਟ ਤੇ ਸ਼ਰਤੀਆ ਮਿੱਠਾ ਇਹਦੇ ਵਿੱਚ ਆਪਣੀ ਗਾਰੰਟੀ ਹੁੰਦੀ ਹੈ ਦੋਸਤਾਂ ਨੂੰ نیچے 80 ਫੁੱਟ ਤੇ ਬੇਸ਼ੁਮਾਰ ਪਾਣੀ ਮਿਲੇਗਾ ਤੇ ਨਾਲੇ ਸ਼ਰਤੀਆ ਮਿੱਠਾ ਪਾਣੀ ਮਿਲੇਗਾ ਪਾਣੀ ਵੀ 80 ਫੁੱਟ ਤੇ ਮਿਲੇਗਾ ਤੇ ਮਿਲੇਗਾ ਵੀ ਬੇਸ਼ੁਮਾਰ ਤੇ ਮਿਲੇਗਾ ਵੀ ਸ਼ਰਤੀਆਂ ਮਿੱਠਾ ਬਿਜਲੀ ਮੌਕੇ ਤੇ ਮੌਜੂਦ ਆਬਾਦੀ ਦੇ ਅੰਦਰ ਆਪਣੀ ਇਹ ਜ਼ਮੀਨ ਪਈ ਜੇ ਬਹੁਤ ਖਾਸ ਲੋਕੇਸ਼ਨ ਹੈ ਇਹ ਦੋਸਤਾਂ ਵਾਸਤੇ ਕਾਫੀ ਮਿਹਨਤ ਤੋਂ ਬਾਅਦ ਆ ਜਾ ਪਾਏ ਇੱਕ ਖਾਸ ਮੌਕਾ ਲੈ ਕੇ ਹਾਜ਼ਰ ਹੋਏ ਆ ਤੇ ਜਿਹੜੇ ਮੇਰੇ ਦੋਸਤ ਇਨਵੈਸਟਰ ਨੇ ਉਹਨਾਂ ਵਾਸਤੇ ਵੈਸੇ ਹੀ ਇੱਕ 골ਡਨ ਚਾਂਸ ਹੈਗਾ ਜੀ ਤੇ ਬਾਕੀ ਦੋਸਤੋ ਗੱਲ ਉਵੇਂ ਹੀ ਹੈ ਜਿਵੇਂ ਕਿ ਮੈਂ ਹਰ ਮੂਵੀ ਤੇ ਵਿੱਚ ਗੱਲ ਕਰਦਾ ਉਹਨਾਂ ਨਾ ਹਲਕੇ ਫੁਲਕੇ ਬਿਆਨ ਨੇ ਤੇ ਦੋਸਤਾਂ ਨੂੰ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਤੁਸੀਂ ਦੋਸਤਾਂ ਨੇ ਆਪਣੀ ਇੱਥੇ ਫੁੱਲ ਤਸੱਲੀ ਕਰਨੀ ਹੈ ਤੁਹਾਡੇ ਦੋਸਤਾਂ ਦੇ ਫੁੱਲ ਮੁਤਮਨ ਹੋਣ ਤੋਂ ਬਾਅਦ ਤੁਸੀਂ ਬਾਕੀ ਦੀ ਪੇਮੈਂਟ ਕਰਵਾਉਣੀ ਹੈ ਕਲੀਅਰ ਤੇ ਜ਼ਮੀਨ ਤੁਹਾਡੇ ਨਾਮ ਹੋ ਜਾਏਗੀ ਟ੍ਰਾਂਸਫਰ ਯਾਨੀ ਕਿ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ਡ ਰਿਕਾਰਡ ਸ਼ੁਦਾ ਇਹ ਆਪਣੇ ਕੋਲੇ 18 ਏਕੜ ਤੇ 6 ਕਨਾਲ ਉੱਪਰ ਇਹ ਜ਼ਮੀਨ ਹੈਗੀ ਯਾਨੀ ਕਿ 150 ਕਨਾਲ ਤੇ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ 24 ਲੱਖ ਰੁਪਇਆ فی ਏਕੜ ਦੋਸਤੋ 20 ਤੇ 4 24 24 ਲੱਖ ਰੁਪਇਆ فی ਏਕੜ ਦੇ ਹਿਸਾਬ ਨਾਲ ਇਹਦੀ ਡਿਮਾਂਡ ਦੇ ਹਲਕੀ ਫਲਕੀ ਕਮੀ ਪੇਸ਼ੀ ਪਿਆਰ ਮੁਹੱਬਤ ਕਰਵਾ ਲਾਂਗੇ ਤੁਸੀਂ ਜ਼ਮੀਨ ਦੀ ਲੋਕੇਸ਼ਨ ਵੀ ਚੈੱਕ ਕਰ ਲਓ ਜ਼ਮੀਨ ਦੀ ਕੀਮਤ ਵੀ ਚੈੱਕ ਕਰ ਲਓ ਮੇ ਦੋਸਤਾਂ ਨੂੰ ਦੁਬਾਰਾ ਫਿਰ ਥੋੜਾ ਜਿਹਾ ਕਰ ਦੇਣਾ ਕਲੀਅਰ ਮੈਨ ਚਕਵਾਲ ਤੂ ਸੁਵਾਵਾ ਰੋਡ ਚਕਵਾਲ ਸੁਵਾਵਾ ਰੋਡ ਤੋਂ ਆਪਣੀ ਜ਼ਮੀਨ ਤੱਕ ਟੋਟਲ 1000 ਫੁੱਟ ਸਫ਼ਰ ਹੈਗਾ ਜੀ ਇਹ ਗੱਲ ਬੜੀ ਖਾਸ ਅਗੀ ਗੱਲ ਦੋਸਤਾਂ ਦੇ ਨੋਟ ਕਰਨ ਵਾਲੀ ਏ ਚਕਵਾਲ ਸੁਵਾਵਾ ਮੈਨ ਰੋਡ ਤੋਂ ਦੋਸਤੋ ਵੱਡੇ ਮੈਨ ਰੋਡ ਤੋਂ ਆਪਣੀ ਜ਼ਮੀਨ ਸਿਰਫ 1000 ਫੁੱਟ ਫਾਸਲੇ ਤੇਗੀ ਜੀ ਆਪਣੀ ਜ਼ਮੀਨ ਤੱਕ جا رہے ਨੇ دو ਰਸਤੇ ਸਰਕਾਰੀ ਚੋੜੇ ਰਸਤੇ 30 ਫੁੱਟ ਚੋੜੇ ਰਸਤੇ ਦੋਸਤਾਂ ਦੀ ਹਰ ਇੱਕ ਚੀਜ਼ ਮੌਕੇ ਤੱਕ ਜਾ ਸਕਦੀ ਹੈ ਦੋਵਾਂ ਸੜਾਂ ਤੋਂ ਦੋਸਤਾਂ ਨੂੰ ਮਿਲੇਗਾ ਰਸਤਾ ਸਰਕਾਰੀ ਆਪਣੀ ਜ਼ਮੀਨ ਤੱਕ ਤੇ ਕਾਰਪਟ ਰੋਡ ਤੋਂ ਜਿੱਥੇ ਆਪਣੀ ਗੱਡੀ ਖੜੀ ਸੀ ਹੈ ਲਿੰਕ ਰੋਡ ਤੋਂ ਆਪਣੀ ਜ਼ਮੀਨ ਦਾ 100 ਫੁੱਟ فاਸਲਾ ਹੈਗਾ ਜੀ ਦੋਵਾਂ ਸੜਾਂ ਤੋਂ ਅੱਛੀ ਮਿੱਟੀ ਵਾਲੀ ਇਜ਼ਰਖੇ ਜ਼ਮੀਨ ਹੈ ਫੀ ਕਨਾਲ ਆਪਣੀ ਜ਼ਮੀਨ ਦੀ ਡਿਮਾਂਡ ਬਣਦੀ ਪਈ ਏ 3 ਲੱਖ ਰੁਪਇਆ ਦੋਸਤੋ 3 ਲੱਖ ਰੁਪਇਆ ਫੀ ਕਨਾਲ ਡਿਮਾਂਡ ਬਣਦੀ ਪਈ ਏ ਤੇ 24 ਲੱਖ ਰੁਪਇਆ ਫੀ ਏਕੜ ਡਿਮਾਂਡ ਬਣਦੀ ਪਈ ਸਾਹਮਣੇ ਸਕਰੀਨ ਤੇ ਦੋਸਤਾਂ ਦੀ ਸਹੂਲਤ ਵਾਸਤੇ ਹਾਜੀ ਅਰਫਾਨ ਅਬਾਦ ਸਾਹਿਬ ਦੇ ਦੋਵੇਂ ਨੰਬਰ ਪਰਾਂਵਾਂ ਨੂੰ ਮਿਲ ਗਏ ਹੋਣਗੇ ਇਹ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਤੁਸੀਂ ਕਾਲ ਵੀ ਕਰ ਸਕਦੇ ਈ ਵਟਸਐਪ ਤੇ ਵਾਇਸ ਮੈਸੇਜ ਜਾਂ ਫਿਰ ਚੈਟ ਵੀ ਕਰ ਸਕਦੇ ਈ ਨੰਬਰ نیچے ਵਾਲਾ ਸਿਰਫ ਕਾਲ ਤੇ ਕਿਸੇ ਦੋਸਤ ਨੇ ਸਿਰਫ ਕਾਲ ਕਰਨੀ ਹੋਵੇ ਤੇ ਨੰਬਰ نیچے ਵਾਲਾ ਇਹ ਯੂ ਫੋਨ ਵਾਲਾ ਇਹ ਡਾਇਲ ਕਰੋ ਤੇ ਆਪਣੀ ਕਾਲ ਮਿਲਾਓ ਦੋਸਤਾਂ ਦੀ ਸਹੂਲਤ ਵਾਸਤੇ ਦੋਵੇਂ ਨੰਬਰ ਪਰਾਵਾਂ ਦੇ ਸਾਹਮਣੇ ਕਿਸੇ ਦੋਸਤ ਨੇ ਗੱਲ ਕਰਨੀ ਹੋਵੇ ਮੇਰੇ ਨਾਲ ਦੋਸਤੋ ਮੇਰਾ ਵਟਸਐਪ ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ सिर्फ व्हाट्सएप नंबर ए भी दोस्तों दी सहूलत वास्ते दोस्तों दी आसानी वास्ते कॉल नंबर नहीं नीचे दोस्तों नु मिलेगा मेरा व्हाट्सएप नंबर दो दोस्तों दी सहूलत वास्ते तिहाजी इरफान अब्बास साहब दे दोवे नंबर परावंदे सामने तो दोस्तों इंशाल्लाह तआला बशर्त जिंदगी ब फजल खुदा मिलंगे अगली वीडियो ते अल्लाह हाफिज़